ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਅੱਜ ਆਪਾਂ ਕਰਾਂਗੇ ਪੰਜਾਬ ਜੀਕੇ ਨਾਲ ਰਿਲੇਟਡ ਕੁਝ ਐਮਸੀਕਿਊ ਜਿਹੜੇ ਕਿ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਉਸ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਅਤੇ ਬੈਲ ਆਈਕਨ ਨੂੰ ਦਬਾ ਦੇਵੋ ਤਾਂ ਕਿ ਹਰ ਇੱਕ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਚੈਨਲ ਤੇ ਆਪਾਂ ਪੇਪਰ ਦੀ ਤਿਆਰੀ ਵੀ ਕਰਵਾਇਆ ਕਰਾਂਗੇ ਅਤੇ ਜੋਬ ਰਿਲੇਟਡ ਜਾਂ ਐਜੂਕੇਸ਼ਨ ਰਿਲੇਟਡ ਹਰ ਕੋਈ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਇਆ ਕਰਾਂਗੇ ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆਂ ਜੀ ਅੱਜ ਦਾ ਪਹਿਲਾ ਕੁਐਸਚਨ ਕਿ ਇਲੈਕਟ੍ਰੋਨਿਕ ਸਿਟੀ ਦੇ ਨਾਂ ਨਾਲ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਹੈ ਆਪਸ਼ਨ ਨੇ ਜੀ ਲੁਧਿਆਣਾ ਮੋਹਾਲੀ ਚੰਡੀਗੜ੍ਹ ਜਾਂ ਪਟਿਆਲਾ ਸੋ ਇਸ ਦਾ ਰਾਈਟ ਆਨਸਰ ਹੈ ਜੀ অপশন নাম্বার 2 মোহালি ইলেকট্রনিক সিটি মোহালি শহর ਨੂੰ ਕਿਹਾ ਜਾਂਦਾ ਹੈ ਜੀ ਸੋ ਵਧਦੇ ਆਂ ਜੀ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਹੈ ਜੀ ਪੰਜਾਬ ਦਾ ਨਵਾਂ ਜ਼ਿਲ੍ਹਾ ਕਿਹੜਾ ਬਣਿਆ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 2021 ਦੇ ਵਿੱਚ ਮਲੇਰਕੋਟਲਾ ਨੂੰ ਪੰਜਾਬ ਦਾ ਨਵਾਂ ਜ਼ਿਲ੍ਹਾ ਬਣਾਇਆ ਗਿਆ ਹੈ ਸੋ ਇਸ ਲਈ ਇਸ ਦਾ ਆਨਸਰ ਹੈ ਜੀ অপশন ਨੰਬਰ 1 ਸੋ 14 ਮਈ 2021 ਨੂੰ ਈਦ ਵਾਲੇ ਦਿਨ ਮਲੇਰਕੋਟਲਾ ਪੰਜਾਬ ਦਾ ਕਿੰਨਾਵਾਂ ਜ਼ਿਲ੍ਹਾ ਬਣਿਆ ਜੀ 23ਵਾਂ ਜ਼ਿਲ੍ਹਾ ਸੋ ਇਸ ਗੱਲ ਨੂੰ ਵੀ ਤੁਸੀਂ ਨੋਟ ਕਰ ਲੈਣਾ ਹੈ ਕਿ ਪੰਜਾਬ ਦਾ ਨਵਾਂ ਜ਼ਿਲ੍ਹਾ ਮਲੇਰਕੋਟਲਾ ਹੈ ਹੁਣ ਪੰਜਾਬ ਵਿੱਚ ਕੁੱਲ 23 ਜ਼ਿਲ੍ਹੇ ਹੋ ਗਏ ਹਨ ਸੋ ਵਾਧਿਆਂ ਜੀ ਅਗਲੇ ਕੁਐਸਚਨ ਵੱਲ ਬਿਰਹਾ ਦਾ ਸੁਲਤਾਨ ਕੌਣ ਹੈ ਜਾਂ ਬਿਰਹਾ ਦਾ ਸੁਲਤਾਨ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਸੋ ਆਪਸ਼ਨ ਨੇ ਜੀ ਸ਼ਿਵ ਕੁਮਾਰ ਬਟਾਲਵੀ ਅਮਰਤਾ ਪ੍ਰੀਤਮ ਨਾਨਕ ਸਿੰਘ ਜਾਂ ਭਾਈ ਵੀਰ ਸਿੰਘ ਸੋ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਸ਼ੇਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਸੋ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਸੋ ਆਪਸ਼ਨ ਨੇ ਜੀ ਮੋਰ ਬਾਜ਼ ਕਬੂਤਰ ਜਾਂ ਚਿੜੀ ਸੋ ਇਸ ਦਾ ਰਾਈਟ ਆਨਸਰ ਹੈ ਜੀ ਬਾਜ਼ ਬਾਜ਼ ਨੂੰ ਪੰਜਾਬ ਦਾ ਰਾਜ ਪੰਛੀ ਕਿਹਾ ਜਾਂਦਾ ਹੈ ਸੋ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਚਿੱਟੇ ਸ਼ਹਿਰ ਦੇ ਨਾਂ ਨਾਲ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਹੈ ਸੋ ਆਪਸ਼ਨ ਨੇ ਜੀ ਪਟਿਆਲਾ ਆਨੰਦਪੁਰ ਸਾਹਿਬ ਦਮਦਮਾ ਸਾਹਿਬ ਜਾਂ ਅੰਮ੍ਰਿਤਸਰ ਸੋ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਆਨੰਦਪੁਰ ਸਾਹਿਬ ਨੂੰ ਚਿੱਟੇ ਸ਼ਹਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸੋ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਮਾਲਵਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਹਾਂਜੀ 8 15 4 ਜਾਂ 5 ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਮਾਲਵਾ ਖੇਤਰ ਵਿੱਚ ਕੁੱਲ 15 ਜ਼ਿਲ੍ਹੇ ਆਉਂਦੇ ਹਨ ਜੀ ਸੋ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਮਾਝਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਹਾਂਜੀ অপਸ਼ਨ ਨੇ ਜੀ 4 6 8 ਜਾਂ 15 ਸੋ ਇਸ ਦਾ ਰਾਈਟ ਆਨਸਰ ਹੈ ਜੀ 4 ਮਾਝੇ ਵਿੱਚ ਕੁੱਲ 4 ਜ਼ਿਲ੍ਹੇ ਆਉਂਦੇ ਆ ਜੀ ਤੇ ਇਹ ਜ਼ਿਲ੍ਹੇ ਨੇ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇਸ ਨੂੰ ਵੀ ਤੁਸੀਂ ਅਲੱਗ ਤੋਂ ਨੋਟ ਜ਼ਰੂਰ ਕਰ ਲੈਣਾ ਹੈ ਸੋ ਵਾਧੇ ਆ ਜੀ ਅਗਲੇ ਕੁਐਸਚਨ ਵੱਲ ਤੀਆਂ ਦਾ ਤਿਉਹਾਰ ਕਿਸ ਦੇਸੀ ਮਹੀਨੇ ਮਨਾਇਆ ਜਾਂਦਾ ਹੈ ਸੋ ਹਾਂ ਜੀ ਤੀਆਂ ਦਾ ਤਿਉਹਾਰ ਆ ਜੀ ਜਿਹੜਾ ਇਹ ਵੈਸੇ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਆਪਸ਼ਨ ਨੇ ਜੀ ਚੇਤ ਫੱਗਣ ਹਾੜ ਜਾਂ ਸਾਵਣ ਸੋ ਤੀਆਂ ਦਾ ਤਿਉਹਾਰ ਜੀ ਸਾਵਣ ਵਿੱਚ ਮਨਾਇਆ ਜਾਂਦਾ ਹੈ ਸੋ ਵਾਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਜੇ ਕਿਸੇ ਨੂੰ ਵੀਡੀਓ ਦੀ ਸਪੀਡ ਜ਼ਿਆਦਾ ਲੱਗ ਰਹੀ ਆ ਜਾਂ ਮੇਰੇ ਬੋਲਣ ਦੀ ਸਪੀਡ ਤਾਂ ਉਹ ਵੀਡੀਓ ਨੂੰ ਪਾਉਜ਼ ਵੀ ਕਰ ਸਕਦੇ ਆ ਸੋ ਵਾਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਖੇਦਰਾਣੇ ਦੀ ਢਾਬ ਕਿਸ ਸ਼ਹਿਰ ਦਾ ਪੁਰਾਣਾ ਨਾਮ ਹੈ ਹਾਂਜੀ ਆਪਸ਼ਨ ਨੇ ਜੀ ਫਾਜ਼ਿਲਕਾ ਮੁਕਸਰ ਬਠਿੰਡਾ ਜਾਂ ਅੰਮ੍ਰਿਤਸਰ ਇਸ ਦਾ ਰਾਈਟ ਆਨਸਰ ਹੈ ਜੀ ਮੁਕਸਰ ਖੇਦਰਾਣੇ ਦੀ ਢਾਬ ਮੁਕਸਰ ਨੂੰ ਕਿਹਾ ਜਾਂਦਾ ਹੈ ਹਾਂਜੀ ਵਾਧੇ ਆ ਜੀ ਅਗਲੇ ਕੁਐਸਚਨ ਵੱਲ ਕਿ ਆਨੰਦਪੁਰ ਸਾਹਿਬ ਦਾ ਪੁਰਾਣਾ ਨਾਂ ਕੀ ਹੈ ਹਾਂਜੀ ਆਪਸ਼ਨ ਨੇ ਜੀ ਚੱਕ ਨਾਨਕੀ ਮਾਖੋਵਾਲ ਦੋਵੇਂ ਜਾਂ ਗੁਰੂ ਕਾ ਬਾਗ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਦੋਵੇਂ ਆਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਮਾਖੋਵਾਲ ਵੀ ਕਿਹਾ ਜਾਂਦਾ ਹੈ ਸੋ ਹਾਂਜੀ ਵਾਧੇ ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਕੰਪਲੀਟ ਹੁੰਦੀ ਹੈ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਲਾਈਕ ਕਰ ਦਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ